ਸੈਂਕੜੇ ਧੂਣੀਆਂ ਤਾਈ ਫਿਰਦੇ ਪਰ ਗੁਰੂ ਗੋਬਿੰਦ ਸਿੰਘ ਦੀ ਰੀਸ ਕਰੇ ਕਿਹੜਾ, ਸ਼ਰਬਤ ਦੇ ਕੜਾਹੇ ਘੋਲ ਕੇ ਪੁਸ਼ਾਕਾਂ ਪਾ ਕੇ ਕਲਗੀਆਂ ਲਾ ਕੇ ਕਿਤੇ ਰੀਸਾਂ ਨਹੀਂ ਹੋ ਜਾਂਦੀਆਂ ਜਿਵੇਂ ਆ ਪਖੰਡੀ ਸਰਸੇ ਵਾਲੇ ਨੇ 2007 ਦੇ ਵਿੱਚ ਪਾ ਕੇ ਚਾਰ ਰੂਹ ਅਫਜੇ ਦੀਆਂ ਬੋਤਲਾਂ ਘੋਲ ਕੇ ਖੰਡ ਦੀ ਬੋਰੀ ਤੇ ਕਹਿੰਦਾ ਰੂਹਾਨੀ ਜਾਮ ਬਣ ਗਿਆ, ਅੰਮ੍ਰਿਤ ਬਣਾ ਦਿੱਤਾ, ਬਾਜਾਂ ਵਾਲੇ ਵਰਗੀ ਪਾ ਕੇ ਪੁਸ਼ਾਕ ਲਾ ਕੇ ਕਲਗੀ। ਉਹ ਗੁਰਮੁਖ ਪਿਆਰਿਓ, ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ, ਕਿੱਥੇ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮਰਦੇ ਗੰਬੜਾ ਤੇ ਕਿੱਥੇ ਇਹੋ ਜਿਹੇ ਪਖੰਡੀ ਸਰਸੇ ਵਾਲੇ ਵਰਗੇ? ਕੀ ਰੀਸ ਕਰ ਸਕਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ? ਉਹ ਹੇਮਕੁੰਟ ਦਾ ਤਪਸਵੀ, ਉਹ ਮਹਾਨ ਯੋਧਾ, ਮਹਾਨ ਜਰਨੈਲ ਪੁੱਤਰਾਂ ਦਾ ਦਾਨੀ, ਇਹ ਕੀ ਰੀਸ ਕਰ ਸਕਦੇ ਆ? ਉਹਨਾਂ ਵਰਗੀ ਤਪੱਸਿਆ, ਉਹ ਕੜਾਹਾ ਤੇ ਘੋਲ ਲਿਆ, ਕਲਗੀ ਤੇ ਲਾ ਲਈ, ਪੁਸ਼ਾਕ ਤੇ ਪਾ ਲਈ, ਪਰ ਬਾਜਾਂ ਵਾਲੇ ਵਰਗੀ ਕੁਰਬਾਨੀ ਤੇਰਾ ਪਿਓ ਕਰੂਗਾ? ਐਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਪਰ ਗੁਰੂ ਗੋਬਿੰਦ ਸਿੰਘ ਦੀ ਰੀਸ ਕਰੇ ਕਿਹੜਾ, ਸ਼ਰਬਤ ਦੇ ਕੜਾਹੇ ਘੋਲ ਕੇ ਪੁਸ਼ਾਕਾਂ ਪਾ ਕੇ ਕਲਗੀਆਂ ਲਾ ਕੇ।